ਕਰਨ ਜਾ ਰਹੇ ਸੀਗੇ ਕਿਸਾਨ ਤੇ ਦੱਸੇ ਕਿ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਿਰਾਸਤ 'ਚ ਲਿਆ ਹੈ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਮੁਕੇਰੀਆਂ 'ਚ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੋ ਗਏ ਨੇ ਗੁਰਦਾਸਪੁਰ ਵੱਲ ਜਾਣ ਦੀ ਕੋਸ਼ਿਸ਼ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਕਾਬਲੇ ਗੌਰ ਹੈ ਕਿ ਕੁਝ ਹੀ ਦੇਰ 'ਚ ਜੋ ਹੈ ਵਿਕਾਸ ਰੈਲੀ ਦਾ ਆਯੋਜਨ ਕੀਤਾ ਜਾਣਾ ਹੈ ਸੀਐਮ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗੁਰਦਾਸਪੁਰ 'ਚ ਰੈਲੀ ਹੈ ਉਸ ਤੋਂ ਪਹਿਲੇ ਹੀ ਜੋ ਪ੍ਰਸ਼ਾਸਨ ਤੇ ਕਿਸਾਨ ਆਮੋ ਸਾਹਮਣੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਇਸ ਦੇ ਵਿਚਾਲੇ ਜੋ ਕਿਸਾਨ ਪ੍ਰਦਰਸ਼ਨਕਾਰੀ ਸੀਗੇ ਉਹਨਾਂ ਨੂੰ ਪੁਲਿਸ ਨੇ ਹਿਰਾਸਤ 'ਚ ਵੀ ਲਿਆ ਹੈ ਤੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਮੁਕੇਰੀਆਂ 'ਚ ਰਾਤ ਤੋਂ ਹੀ ਧਰਨਾ ਦੇ ਰਹੇ ਸਨ ਕਿਸਾਨ ਇਨਫੈਕਟ ਕੱਲ੍ਹ ਸਵੇਰੇ 10 ਵਜੇ ਤੋਂ ਹੀ ਧਰਨਾ ਪ੍ਰਦਰਸ਼ਨ ਇਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਸੀਗਾ ਤੇ ਨਿਊਜ਼ 18 ਤੇ ਸਭ ਤੋਂ ਪਹਿਲਾਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਪੁਲਿਸ ਦੀ ਗੱਡੀ ਨਜ਼ਰ ਆ ਰਹੀ ਹੈ ਵੱਡੀ ਤਾਦਾਦ 'ਚ ਕਿਸਾਨ ਨਜ਼ਰ ਆ ਰਹੇ ਨੇ ਇਸ ਦੇ ਵਿਚਾਲੇ ਪੁਲਿਸ ਪ੍ਰਸ਼ਾਸਨ ਵੀ ਵੇਖਿਆ ਜਾ ਸਕਦਾ ਹੈ ਆਮੋ ਸਾਹਮਣੇ ਹੋ ਗਏ ਦਰਸਲ ਕਿਸਾਨਾਂ ਦੇ ਵੱਲੋਂ ਰੁਖ ਕੀਤਾ ਜਾ ਰਿਹਾ ਸੀਗਾ ਗੁਰਦਾਸਪੁਰ ਦਾ ਜਿੱਥੇ ਕਿ ਰੈਲੀ ਦਾ ਆਯੋਜਨ ਅੱਜ ਕੀਤਾ ਜਾਣਾ ਹੈ ਤੇ ਇਸ ਦੇ ਵਿਚਾਲੇ ਵੱਡੀ ਖਬਰ ਦਾ ਜ਼ਿਕਰ ਕਰੇ ਵੇਖਿਆ ਜਾ ਸਕਦਾ ਹੈ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜੋ ਪ੍ਰਦਰਸ਼ਨਕਾਰੀ ਕਿਸਾਨ ਨੇ ਉਹਨਾਂ ਨੂੰ ਫੜ ਕੇ ਹਿਰਾਸਤ 'ਚ ਲਿਆ ਜਾ ਤਸਵੀਰਾਂ ਨੇ ਮੁਕੇਰੀਆਂ ਦੀਆਂ ਸਭ ਤੋਂ ਪਹਿਲਾਂ ਤੁਸੀਂ ਨਿਊਜ਼ 18 ਤੇ ਤਸਵੀਰਾਂ ਵੇਖ ਪਾ ਰਹੇ ਹੋ ਇਸ ਦੇ ਵਿਚਾਲੇ ਵੱਡੀ ਤਾਦਾਦ 'ਚ ਕਿਸਾਨ ਨਜ਼ਰ ਆ ਰਹੇ ਨੇ ਵੱਡੀ ਤਾਦਾਦ 'ਚ ਪੁਲਿਸ ਪ੍ਰਸ਼ਾਸਨ ਵੀ ਵੇਖਿਆ ਜਾ ਸਕਦਾ ਹੈ ਪੁਲਿਸ ਦੀ ਗੱਡੀ ਨਜ਼ਰ ਆ ਰਹੀ ਹੈ ਇਸ ਦੇ ਵਿਚਾਲੇ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਜੋ ਪ੍ਰਦਰਸ਼ਨਕਾਰੀ ਕਿਸਾਨ ਸੀਗੇ ਉਹਨਾਂ ਨੂੰ ਹਿਰਾਸਤ 'ਚ ਲਿਆ ਹੈ ਗੱਡੀ 'ਚ ਉਹਨਾਂ ਨੂੰ ਜਾਂਦੇ ਹੋਏ ਵੇਖੇ ਜਾ ਸਕਦੇ ਨੇ ਮੇਰੇ ਸਹਿਯੋਗੀ ਵਿਜੇ ਸਲਾਰੀਆ ਫੋਨ ਲਾਈਨ ਤੇ ਮੌਜੂਦ ਨੇ ਵਿਜੇ ਮੁਕੇਰੀਆਂ 'ਚ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੋ ਗਏ ਨੇ ਮੌਜੂਦਾ ਸਥਿਤੀ ਕੀ ਹੈ ਜੀ ਬਿਲਕੁਲ ਮੈਂ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਲਗਾਤਾਰ ਕਿਸਾਨਾਂ ਆਪਣੀ ਮੰਗਾਂ ਲਈ ਬੈਠੇ ਸੀਗੇ ਤੇ ਕਿਤੇ ਨਾ ਕਿਤੇ ਅੱਜ ਉਹਨਾਂ ਦੀ ਤਿਆਰੀ ਸੀਗੀ ਗੁਰਦਾਸਪੁਰ ਵੱਲ ਕੂਚ ਕਰਨ ਦੀ ਪਰ ਪੁਲਿਸ ਦਾ ਪੁਖਤਾ ਪ੍ਰਬੰਧ ਹੋ ਚੁੱਕਿਆ ਸੀਗਾ ਤੇ ਪੁਲਿਸ ਨੇ ਚਾਰੋਂ ਤਰਫੋਂ ਘੇਰ ਲਿਆ ਸੀਗਾ ਤੇ ਸਾਫ਼ ਸਪਸ਼ਟ ਨਜ਼ਰ ਆ ਰਿਹਾ ਸੀ ਕਿ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਜਾਏਗਾ ਕਿ ਗੁਰਦਾਸਪੁਰ ਵੱਲ ਨੂੰ ਨਾ ਜਾਣ ਤੇ ਜਦ ਕਿਸਾਨਾਂ ਨੇ ਦੇਖਿਆ ਕਿ ਕੋਈ ਵੀ ਕਾਰਵਾਈ ਨਹੀਂ ਉਹਨਾਂ ਵੱਲੋਂ ਜਿਹੜੀ ਹੈ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਉਹਨਾਂ ਨੇ ਜਾ ਕੇ ਜਿਹੜਾ ਆ ਦੂਸਰਾ ਪਾਸਾ ਵੀ ਜਾਮ ਕਰਨ ਦੀ ਕੋਸ਼ਿਸ਼ ਕਰਤੀ ਤੇ ਉਸ ਤੋਂ ਬਾਅਦ ਜੋ ਹੈ ਕਿ ਪੁਲਿਸ ਹਰਕਤ ਆਈ ਔਰ ਦੂਸਰਾ ਪਾਸਾ ਜਿਹੜਾ ਜਾਮ ਨਹੀਂ ਕਰਨ ਦਿੱਤਾ ਔਰ ਕੁਝ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਵਿਜੇ ਕਿੰਨੇ ਕਿਸਾਨ ਨੇ ਜਿਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਜੀ ਬਿਲਕੁਲ ਜੇ ਆਪਾਂ ਗੱਲ ਕਰੀਏ ਦਰਜਨਾਂ ਦੇ ਖਿਲਾਫ ਜਿਹੜੇ ਆ ਕਿਸਾਨਾਂ ਨੂੰ ਚੱਕਿਆ ਗਿਆ ਖਾਸ ਕਰ ਜਿਹੜੇ ਇਹਨਾਂ ਦੇ ਮੁੱਖ ਲੀਡਰ ਨੇ ਹੈਗੇ ਕਿਸਾਨ ਆਗੂ ਨੇ ਸਤਨਾਮ ਸਿੰਘ ਜੀ ਔਰ ਗੜੀ ਇਹਨਾਂ ਸਾਰੇ ਮੇਨ ਜੋ ਲੀਡਰ ਸੀ ਇਹਨਾਂ ਨੂੰ ਫਿਲਹਾਲ ਗ੍ਰਿਫਤਾਰ ਕੀਤਾ ਗਿਆ ਹੈ ਜੀ ਜੀ ਤੁਸੀਂ ਸਾਡੇ ਨਾਲ ਬਣੇ ਰਹੋ ਮੈਂ ਤੁਹਾਡਾ ਦੁਬਾਰਾ ਤੋਂ ਰੁਕ ਕਰਾਂਗੀ ਤੇ ਮੁਕਾਇਦੇ ਦੀਆਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਜਿੱਥੇ ਕਿ ਪੁਲਿਸ ਤੇ ਪ੍ਰਸ਼ਾਸਨ ਆਮੋ ਸਾਹਮਣੇ ਹੋ ਗਏ ਨੇ ਦਰਸਲ ਸੀਐਮ ਭਗਵੰਤ ਮਾਨ ਦੇ ਵੱਲੋਂ ਕੱਲ ਗੰਨੇ ਦੇ ਰੇਟ ਦੇ ਇਜਾਫੇ ਦਾ ਐਲਾਨ ਕੀਤਾ ਗਿਆ ਸੀਗਾ ਹਾਲਾਂਕਿ ਜੋ ਗੰਨੇ ਦਾ ਰੇਟ ਹੈ 11 ਰੁਪਏ ਵਧਾਇਆ ਗਿਆ ਸੀ 380 ਰੁਪਏ ਪਹਿਲਾਂ ਸੀਗਾ ਤੇ ਉਸ ਨੂੰ 391 ਰੁਪਏ ਕੀਤਾ ਗਿਆ ਸੀਗਾ ਜਿਸ ਨੂੰ ਲੈ ਕੇ ਕਿਸਾਨ ਅਸੰਤੁਸ਼ਟ ਨਜ਼ਰ ਆ ਰਹੇ ਸੀਗੇ ਉਹਨਾਂ ਦਾ ਕਹਿਣਾ ਸੀਗਾ ਕਿ ਜੋ ਗੰਨੇ ਦੀ ਲਾਗਤ 'ਚ ਕਾਫੀ ਖਰਚਾ ਆਉਂਦਾ ਹੈ ਤੇ ਕੱਲ ਹੀ ਜੋ ਕਿਸਾਨ ਦੇ ਵੱਲੋਂ ਮੁਕੇਰੀਆਂ 'ਚ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਸੀਗਾ ਹਾਲਾਂਕਿ ਰਾਤ ਨੂੰ ਪ੍ਰਸ਼ਾਸਨ ਨਾਲ ਸਹਿਮਤੀ ਜ਼ਰੂਰ ਬਣੀ ਸੀਗੀ ਇੱਕ ਪਾਸਾ ਖੋਲ ਦਿੱਤਾ ਗਿਆ ਸੀਗਾ ਪਰ ਹੁਣ ਦੁਬਾਰਾ ਜੋ ਹੈ ਕਿਸਾਨ ਦੇ ਵੱਲੋਂ ਦੁਬਾਰਾ ਦੋਵੇਂ ਹੀ ਰਸਤੇ ਬੰਦ ਕਰ ਦਿੱਤੇ ਗਏ ਸੀਗੇ ਉਸ ਤੋਂ ਬਾਅਦ ਪੁਲਿਸ ਤੇ ਜੋ ਕਿਸਾਨ ਨੇ ਆਮੋ ਸਾਹਮਣੇ ਹੋ ਗਏ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕੀ ਸਥਿਤੀ ਉੱਥੇ ਰਹੀ ਹੋਏਗੀ ਪੁਲਿਸ ਮੁਲਾਜ਼ਮ ਤਸਵੀਰਾਂ 'ਚ ਵੇਖੇ ਜਾ ਸਕਦੇ ਨੇ ਇਸ ਦੇ ਵਿਚਾਲੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਿਸਾਨਾਂ ਨੂੰ ਹਿਰਾਸਤ 'ਚ ਲਿਆ ਜਾ ਰਿਹਾ ਹੈ ਦੋਵੇਂ ਪਾਸੇ ਹੁਣ ਕਿਸਾਨਾਂ ਦੇ ਵੱਲੋਂ ਬਲੌਕ ਕਰ ਦਿੱਤੇ ਗਏ ਸੀਗੇ ਹਾਲਾਂਕਿ ਆ ਵੀ ਕਿਹਾ ਜਾ ਰਿਹਾ ਸੀਗਾ ਕਿ ਜੋ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਦੇਣ ਲਈ ਗੁਰਦਾਸਪੁਰ ਦਾ ਰੁਖ ਕੀਤਾ ਜਾਏਗਾ ਜਿੱਥੇ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਦੀ ਰੈਲੀ ਕੁਝ ਹੀ ਦੇਰ 'ਚ ਹੋਣ ਜਾ ਰਹੀ ਹੈ ਤੇ ਮੁਕੇਰੀਆਂ 'ਚ ਰਾਤ ਤੋਂ ਹੀ ਧਰਨਾ ਕਿਸਾਨਾਂ ਦਾ ਲਗਾਤਾਰ ਜਾਰੀ ਹੈ ਜਦੋਂ ਕਿਸਾਨਾਂ ਨੇ ਦੇਖਿਆ ਹੈ ਕਿ ਪ੍ਰਸ਼ਾਸਨ ਨੇ ਕੋਈ ਵੀ ਸਾਰ ਨਹੀਂ ਲਈ ਤੇ ਜੋ ਕਿਸਾਨ ਨੇ ਦੋਵੇਂ ਪਾਸੇ ਦਾ ਜੋ ਰਸਤਾ ਹੈ ਉਹਨਾਂ ਦੇ ਵੱਲੋਂ ਬਲੌਕ ਕੀਤਾ ਜਾਂਦਾ ਹੈ ਤੇ ਇਸ ਦੇ ਵਿਚਾਲੇ ਗੰਨੇ ਦੀ ਕੀਮਤ ਵਧਾਉਣ ਤੋਂ ਮੇਲਾ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਇਹਨਾਂ ਦੇ ਵੱਲੋਂ ਜੋ ਹੈ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਸੀਗਾ ਤੇ ਤਸਵੀਰਾਂ ਤੁਸੀਂ ਨਿਊਜ਼ 18 ਤੇ ਵੇਖ ਪਾ ਰਹੇ ਹੋ ਸਭ ਤੋਂ ਪਹਿਲਾਂ ਐਕਸਕਲੂਸਿਵ ਤਸਵੀਰਾਂ ਬੱਸ ਨਜ਼ਰ ਆ ਰਹੀ ਹੈ ਪੁਲਿਸ ਦੀ ਇਸ ਦੇ ਵਿਚਾਲੇ ਜਦੋਂ ਕਿਸਾਨਾਂ ਦੇ ਵੱਲੋਂ ਦੋਵਾਂ ਹੀ ਰਸਤਿਆਂ ਦਾ ਪਾਸਾ ਬੰਦ ਕਰ ਦਿੱਤਾ ਗਿਆ ਤੇ ਪੁਲਿਸ ਐਕਸ਼ਨ 'ਚ ਹੋਈ ਜੋ ਪ੍ਰਸ਼ਾਸਨ ਤੇ ਕਿਸਾਨ ਆਮੋ ਸਾਹਮਣੇ ਹੋ ਗਏ ਤੇ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਕਿਸਾਨਾਂ ਨੂੰ ਹਿਰਾਸਤ 'ਚ ਲਿਆ ਹੈ ਤੇ ਕੱਲ੍ਹ ਦੀਆਂ ਤਸਵੀਰਾਂ ਹਾਲਾਂਕਿ ਸੀਐਮ ਭਗਵੰਤ ਮਾਨ ਕਰੜਾ ਇਤਰਾਜ਼ ਜਤਾਉਂਦੇ ਨੇ ਜਦੋਂ ਕਿ ਹਾਈਵੇ ਜਾਮ ਕੀਤਾ ਜਾਂਦਾ ਹੈ ਸੀਐਮ ਦਾ ਤਿੱਖਾ ਪ੍ਰਤੀਕਰਮ ਵੀ ਪਹਿਲੇ ਆ ਚੁੱਕਿਆ ਹੈ ਕਿ ਸੜਕਾਂ ਤੇ ਧਰਨਾ ਦੇਣਾ ਕੋਈ ਹੱਲ ਨਹੀਂ ਹੈ ਜੇ ਗੱਲਬਾਤ ਕਰਨੀ ਹੈ ਤੇ ਸੀਐਮ ਆਫਿਸ ਹੈ ਖੇਤੀਬਾੜੀ ਮੰਤਰੀ ਦਾ ਆਫਿਸ ਹੈ ਪੰਜਾਬ ਭਵਨ ਹੈ ਪੰਜਾਬ ਸੈਕਟਰੀਏਟ ਦੇ ਬਾਵਜੂਦ ਵੀ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ ਮੁਕੇਰੀਆਂ ਦੀਆਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਨਿਊਜ਼ 18 ਦੇ ਸਭ ਤੋਂ ਪਹਿਲਾਂ ਤਸਵੀਰਾਂ ਨੇ ਜਿੱਥੇ ਕਿ ਮੁਕੇਰੀਆਂ 'ਚ ਕਿਸਾਨ ਤੇ ਪ੍ਰਸ਼ਾਸਨ ਆਮੋ ਸਾਹਮਣੇ ਹੋ ਗਏ ਦਰਸਲ ਗੰਨੇ ਦੀ ਕੀਮਤ ਵਧਾਉਣ ਤੋਂ ਮੇਲਾ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਇਹਨਾਂ ਦੇ ਵੱਲੋਂ ਜੋ ਹੈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਕੱਲ੍ਹ 11 ਰੁਪਏ ਦਾ ਇਜਾਫਾ ਜ਼ਰੂਰ ਕੀਤਾ ਗਿਆ ਸੀਗਾ ਪਰ ਕਿਤੇ ਨਾ ਕਿਤੇ ਜੋ ਕਿਸਾਨ ਸੀਗੇ ਅਸੰਤੁਸ਼ਟ ਨਜ਼ਰ ਆ ਰਹੇ ਸੀਗੇ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਮੁਕੇਰੀਆਂ ਦੀਆਂ ਜਿੱਥੇ ਕਿ ਕਿਸਾਨ ਤੇ ਜੋ ਪ੍ਰਸ਼ਾਸਨ ਨੇ
हाईवे जाम किया गया सीगा, आम लोगों नू खज्जल खुआई का सामना करना पिया सीगा। उस तो बाद किसान ने तनोवाली रेलवे जो फाटक सीगा उस पर भी बैठ गए सीगे, जाम कर दिता सीगा। तो मेरे लगातार जुड़े हुए ने विजय सलारी। विजय, जानना चाहूँगा कि जथेबंदी के वालों धरना प्रदर्शन दिता जा रहा है? रस्ता खोल दिता गया प्रशासन की सहमति तो बाद, दोबारा इन्होंने वालों कदों ब्लॉक कर दिया गया रस्ता? जी बिल्कुल, जे हुण आपां गल करिए ते कुछ 15 मिनट पहला की गल है, क्योंकि एक पासे जो ट्रैफिक है सुचारू रूप में चल रही थी, तो उस तो बाद जो किसानों ने देख लिया कि सानू हुण लगता कि इन्हां पुलिस वालों रोकया जाएगा, तो इन्होंने दोबारा रस्ता जरा दूजी साइड भी ब्लॉक करने की कोशिश की, पर पुलिस पूरी मुस्तैद थी और पुलिस ने उसे टाइम ही जरा किसान लीडर जे उन्होंने गिरफ्तारी जी शुरू कर दी। विजय, आप भी जानना चाहेंगे कि कुछ किसान वालों जो है पहला खबर आ रही थी कि ट्रालियां भर के जो है वो गुरदासपुर का रुख किया जाएगा, कुछ यहोजा भी प्लान किसान का? जी बिल्कुल, पूरी तैयारी सी गुरदासपुर जान की बिल्कुल, पर हौली हौली जे किसान ने पिंडा तो होर भी ट्रालियां लैके इतने इकट्ठे हुए थे, तो हूँ इन्हों का जान का जो प्रोग्राम से गुरदासपुर का सगा, जिसे कि भगवंत मान साहब का प्रोग्राम है उसे जान की तैयारी थी, पर पुलिस वालों जरा इसको रोकने की जी तैयारी भी वो भी पूरी तरह मुकम्मल करके रखी हुई थी। जी बहुत बहुत शुक्रिया विजय सानू तमाम जानकारी देने। न्यूज 18 के सब तो पहला तस्वीर तुम देख पा रहे हो, तस्वीर ने मुकेरियां दिया, जिथे कि मुकेरियां किसान जो पुलिस थे आमो सामने हो गए। 15 मिनट पहले भी पूरी खबर दसी जा रही है, गुरदासपुर वाल जाने की कोशिश इन्हों किसान वालों की जा रही थी। दस दिए गुरदासपुर आप सुप्रीमो अरविंद केजरीवाल के सीएम भगवंत मान के वालों विकास रैली का आयोजन किया जाए, कुछ देर रैली शुरू हो जा रही, इनफैक्ट वजे वे प्रोजेक्ट्स का उद्घाटन सीएम मान अरविंद केजरीवाल वालों किया जाएगा। किसान का रोस देखने मिले है, जिथे कि किसानों के वालों मांग की जा रही है, कितने ना कितने असंतुष्ट नजर आ रहे हैं, गंदे जो रेट वधिया कीमत सगिया उन्होंने तो असंतुष्ट नजर आ रहे हैं। इस विचाले जो मिलों ने उन्होंने चालू करने की मांग उन्होंने वालों की जा रही है, इस विचाले आमो सामने प्रशासन के किसान हो गए। जैसा कि मेरे सहयोगी जिक्र कर रहे थे कि 14 तो ज़्यादा जथेबंदियों ने जिन्हों के वालों धरना प्रदर्शन दिता गया है, हालांकि जो कल सवेर तो ही इन्हों के वालों धरना प्रदर्शन दिता जा रहा है। मुकेरियां का हाईवे है जिथे कि रात प्रशासन सहमति जरूर बनी सी, एक रस्ता एक पासा खोल दिता गया सीगा, पर हुण 15 मिनट पहले ही जो किसान लग्या कि साडा सार कोई नहीं लै रहा, तो उन्होंने वालों जो है दोवें ही रस्ते जो ने ब्लॉक कर दिए गए। इस नूं लैके जो पुलिस ते किसान आमो सामने हो गए, पुलिस का एक्शन वेखन नूं मिलिया है, जिथे कि पुलिस ने जो किसानों कई किसान आगुआ भी दसिया जा रहा है कि हिरासत च लै, तस्वीर ने मुकेरियां दी वेख्या जा सकता है, तस्वीर की वड्डी तादाद किसान नज़र आ रहे हैं, अपनी ट्रैक्टर ट्रालियां लैके उत्थे पहुंचे हुए ने। दूसरी तस्वीर है पुलिस मुलाजम वेखे जा सकते हैं, पुलिस अधिकारी वेखे जा सकते हैं, पुलिस की बस नजर आ रही है, इस विचाले किसानों को उन्होंने हिरासत च लिया। साढ़े नाल इस वक्त अमरजीत सिंह राणा किसान आगू मौजूद ने, गलबात कर लेंगे सर, अज दूसरा दिन धरना चल पाया है, की गलबात कल तुहाडी ते प्रशासन विचकार हुंदी है ते की अगली तैयारी तुहाडी है? साड़ी तैयारी तो यह है कि अं प्रोटेस्ट हैं जी और यू होर स्ट्रोंग करांगे, प्रशासन बार बार आउंदा मीटिंगा की गल चलती है, ये तो लगातार साड़िया मीटिंगा हो रही टुट रही, पर असी ज्यों दे त्यों उत्थे ही डटे हुए हैं। अमरजीत सिंह जी, जिस तरह पुलिस ने भी तैयारी की हुई है, कि लगता कि पुलिस के किसानों के तकरार होने की संभावना बन सकती है? मर्जी है जी प्रशासन की, जे असी उन्हों का इरादा कि सानू कुटिया इन्हों का हल हो सकता, कल भी गर्मा गर्मी हुई सी किसानां ते। बिल्कुल जी, SSP साहब का बिहेवियर जिहड़ा किसानां दे स्टेज ते खड़े हो के बहुत वधिया नहीं सी, असी भी किसान आगू हां, असी भी फिर जे वो साडे ते अटैक करनगे ते साडा फर्ज भी बनदा भी उस अटैक का विरोध करिए, ये साडे खून च है, साडी इतिहास दे विच है, जे सानू पुलिस बल जिहड़ा आ उह किते ना दबाउण दी कोशिश करेगा ते असी फिर उहदा जवाब फिर उस तरह दे। कहना मतलब है कि हिंसा हो भी संभावना बन सकती है? नहीं, हिंसा की गल नहीं जी, असी सबर नाल बैठे हैं, सानू मारनगे कुटणगे, असी होर केडर लिया के रहिंदे रेल ट्रैक ते दूसरा भी बंद कर देंगे, बाकी पूरे पंजाब दे विच पूरा बंद कर देंगे, और अज साडी नैशनल लैवल की मीटिंग है कि थोड़े समय दे विच असी जिथे भगवंत सिंह मान जाएगा कोशिश करांगे उहदे च फैसला होवे कि जिथे CM भगवंत सिंह मान जाए हर जगह पर CM का विरोध होवे। अमरजीत सिंह जी, जिस तरह आए दिन किसान अपनी मंगा लई रोड ते बैठे ने, पर
यातायात पूरी तरह बाधित हो जाता है। कल भी जाम लगा दसूहे भी, सानू भी कई मावां ने फोन कर करके दसिया कि साढ़े बच्चे स्कूलों च फस गए ने कि क्योंकि जाम लगता लोगों को परेशानी होती है। इस बारे दसो तुसी कि लगता ने कि लोगों के दिल में हुण कितने कितने गुस्सा फुटन लग पाया किसानों का। बिल्कुल जी, ये गुस्सा जिहड़ा ये कहा जाता मीडिया द्वारा कि किसानों के खिलाफ उठ रहा, पर हौली हौली ये डाइवर्ट इस पंजाब सरकार वाल हो रहा। यानी कि हुण तुहाडी अगली तैयारी है कि संगत सारी तुहाडी किसान कूच करेंगे। बिल्कुल जी, जे कुछ गल असी आपसी सहमति बनी किसी गल पर, जे उहदे ते गल सरकार 15-20 मिनट दे विच कोई फैसला नहीं करदी, प्रशासन नहीं करदा, तो फिर असीं कूच इत्थों करांगे और जिथे सरकार जिथे साडी आपसी कलैश होएगा पुलिस सानूं रोकेगी, असीं कोशिश करांगे जाण दी। गलबात कर ली, तुहाडा बहुत बहुत शुक्रिया। इह सन किसान आगू अमरजीत सिंह रड़ा, जिन्हां ने दस्सिया कि उहनां दे वल्लों किसानां वल्लों इस वक्त पूरी तैयारी है गुरदासपुर नूं कूच करन दी। तो उन्होंने यह भी कहना क्योंकि दूजे पास जो आप पुलिस की गल करिए, पुलिस ने भी पूरे पुख्ता प्रबंध किए ने। तस्वीर ने मुकेरियां दी तीन तस्वीर तुम देख पा रहे हो। इस विचाले जो किसान आगू गलबात कर रहे थे, उन्होंने का कहना था कि जो साड़ी सार नहीं लई जाती तो वह गुरदासपुर कूच करने तैयार ने। इस विचाले उन्होंने पुलिस का भी सामना करना पाया, वो इसलिए भी तैयार ने। तीन तस्वीर तुम स्क्रीन पर देख पा रहे हो, किसान ते पुलिस आमो सामने हुए नज़र आ रहे हैं। गुरदासपुर वाल जाने की कोशिश इन्होंने वालों की जा रही है। गुरदासपुर इस करके जाने की कोशिश की जा रही है क्योंकि कुछ ही देर सीएम भगवंत मान ते आप सुप्रीमो अरविंद केजरीवाल की उत्थे विकास क्रांति रैली का आयोजन किया गया है। कुछ ही देर वो रैली शुरू हो जा रही है। तो तीजी तस्वीर तुम देख पा रहे हो, किसानों को हिरासत च लिया गया है। किसानों के वालों दोवें पासे सड़क के जाम किए गए थे। उस तो बाद जो प्रशासन का एक्शन देखने को मिलता है तो किसान आगुओं को हिरासत च लिया जाता है। तीन तस्वीर तुम स्क्रीन पर देख पा रहे हो, मुड़ तो जो किसान ने धरने पर डटे हुए हैं। आ तस्वीर ने मुकेरियां दी, जिथे कि कल सवेरे 10 बजे तो ही किसान डटे हुए ने। किसानों का कहना है कि गुरदासपुर वाल वो जान की तैयारी कर रहे हैं, प्रशासन के वालों उन्होंने गल ना सुनी गई, सार ना ली गई, तो वो पुलिस नाल भी आमो सामने होने तैयार। ਉਹ ਤਾਂ ਆ ਗਿਆ ਸੀ ਪਰ ਫਿਰ ਮੈਂ ਸਮਝ ਨਹੀਂ ਸਕਦਾ ਕਿ ਰਾਸਤੇ ਨਹੀਂ ਪਹਿਲਾਂ ਹੈ ਕਿ ਮੁਕੇਸ਼ਾ ਉਹ ਇਹ